वेले बठिंडा दे गोल्ड गी दे कोल मैं मौजूद हैगी हाँ। तो तुसी कारां देख सकते हो भी किस तरह यह जिहड़ियां कार्स ने इत्थे किद्दां पार्कड ने, कोई पार्किंग नहीं है, सड़क दे उपर गड्डियां खड़ियां ने। बेसिकली फुटपाथ चलन वास्ते होंदा और इत्थे बोर्ड भी लग्या होया नो पार्किंग दा। तुसी देख सकते हो कि नो पार्किंग दा बोर्ड भी इत्थे लग्या होया है, पर फिर भी जिहड़ियां टैक्सी स्टैंड दीआं गड्डियां ने उह बाहर आ गईआं। ट्रैफिक दी प्रॉब्लम तो बहुत ज़्यादा हो गई जी, हुण ट्रैफिक भी है, पार्किंग दी प्रॉब्लम भी है, सानू बहुत ज़्यादा आ रही है। ट्रैफिक निकलन नहीं दिंदा सानू, असी रोकदे भी हाँ पर रुकदे नहीं हैगे, बस आही प्रॉब्लम है मेन चीज़। ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਵਾ ਵੀ ਜਿੰਨਾ ਚਿਰ ਪਾਰਕਿੰਗ ਕੰਪਲੀਟ ਨਹੀਂ ਹੁੰਦੀ ਉਹਨਾਂ ਤੱਕ ਤੁਸੀਂ ਭਾਈ ਥੋੜਾ ਜਿਹਾ ਸੈਟਿੰਗ ਕਰੋ ਆਪਦੀ, ਜਾ ਕੇ ਬਹਿ ਜਾਂਦੇ ਆ ਜੀ ਇਕੱਲੇ। ਉਹਨੂੰ ਮਤਲਬ ਕੋਈ ਜਗ੍ਹਾ ਨਹੀਂ ਦਿੱਤੀ ਗਈ ਸਾਨੂੰ, ਕੋਈ ਜਗ੍ਹਾ ਨਹੀਂ। ਉਹ ਪਾਰਕਿੰਗ ਦਾ ਬੋਰਡ ਵੀ ਲੱਗਿਆ ਉੱਥੇ, ਨਾਲ ਹੀ ਉੱਥੇ ਗੱਡੀਆਂ ਲੱਗੀਆਂ ਹੋਈਆਂ ਨੇ, ਤਾਂ ਇੱਥੇ ਤੁਸੀਂ ਤਾਂ ਪਾਰਕ ਕੀਤੀ ਤਾਂ ਫਿਰ ਤੁਹਾਨੂੰ ਇੱਥੇ ਸਮੱਸਿਆ ਨਹੀਂ ਆਉਂਦੀ ਹੈ? ਬਿਲਕੁਲ ਸਾਨੂੰ ਸਮੱਸਿਆ ਆਉਂਦੀ ਹੈ, ਅਸੀਂ ਪ੍ਰਸ਼ਾਸਨ ਦੀ ਮਿਹਨਤ ਕਰਕੇ ਕਿਉਂਕਿ ਆਪਦੇ ਬੱਚੇ ਪਾਲਣੇ ਆ। ਬੜਾ ਬੁਰਾ ਹਾਲ ਹੈ ਜੀ, ਉੱਧਰ ਸਬਜ਼ੀ ਵਾਲੀ ਰੇੜੀ ਖੜ ਗਈਆਂ ਆ ਕੇ, ਉੱਧਰ ਕਾਰਾਂ ਖੜ ਜਾਂਦੀਆਂ, ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ, ਐਕਸੀਡੈਂਟ ਹੁੰਦੇ ਆ। ਸਤਿ ਸ਼੍ਰੀ ਅਕਾਲ, ਰੋਜ਼ਾਨਾ ਸਪੋਕਸਮੈਨ ਟੀਵੀ ਤੇ ਸਵਾਗਤ ਹੈ ਤੁਹਾਡਾ, ਮੈਂ ਹਾਂ ਆਕਾਂਕਸ਼ਾ। ਅੱਜ ਬਠਿੰਡਾ ਸ਼ਹਿਰ ਦੇ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਜਿਹੜੇ ਸਿਵਲੀਅਨਸ ਨੇ ਬਠਿੰਡਾ ਦੇ ਰਹਿਣ ਵਾਲੇ ਲੋਕ ਨੇ ਉਹ ਵੀ ਕਿੰਨਾ ਕੁ ਟ੍ਰੈਫਿਕ ਰੂਲਸ ਨੂੰ ਓਬੇ ਕਰਦੇ ਨੇ ਔਰ ਟ੍ਰੈਫਿਕ ਦੇ ਰਿਲੇਟਡ ਬਠਿੰਡਾ ਸ਼ਹਿਰ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ। ਦੀਪਕ ਜੀ ਤੁਸੀਂ ਕੀ ਕਰਦੇ ਹੋ? ਮੇਰੇ ਸ਼ੋਪ ਅੰਦਰ ਗਾਰਮੈਂਟਸ ਦਾ ਬਿਜ਼ਨਸ ਹੈ। ਟ੍ਰੈਫਿਕ ਦੀ ਕੀ ਸਮੱਸਿਆ ਤੁਹਾਨੂੰ ਲੱਗਦੀ ਹੈ ਵੀ ਬਠਿੰਡੇ ਦੇ ਵਿੱਚ ਹੈਗੀ ਹੈ? ਟ੍ਰੈਫਿਕ ਦੀ ਪ੍ਰੋਬਲਮ ਤਾਂ ਬਹੁਤ ਜ਼ਿਆਦਾ ਹੋ ਗਈ ਜੀ, ਹੁਣ ਟ੍ਰੈਫਿਕ ਵੀ ਹੈ, ਪਾਰਕਿੰਗ ਦੀ ਪ੍ਰੋਬਲਮ ਵੀ ਹੈ, ਸਾਨੂੰ ਬਹੁਤ ਜ਼ਿਆਦਾ ਆ ਰਹੀ ਹੈ। ਮੇਨ ਮਾਰਕੀਟ ਸੇ ਪਾਰਕਿੰਗ ਦੀ ਪ੍ਰੋਬਲਮ, ਮੇਨ ਜ਼ਿਆਦਾ ਪ੍ਰੋਬਲਮ ਹੈ, ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਪਾਰਕਿੰਗ ਦੀ। ਬਾਕੀ ਆ ਪਾਰਕਿੰਗ ਸਾਡੀ ਬਣ ਰਹੀ ਹੈ, ਜੇ ਬਣ ਗਈ ਫਿਰ ਤਾਂ ਸੋਲਵ ਹੋ ਜੂਗੀ, ਫਿਲਹਾਲ ਤਾਂ ਬਹੁਤ, ਹਜੇ ਤਾਂ ਹਜੇ ਅੰਡਰ ਕੰਸਟਰਕਸ਼ਨ, ਬਹੁਤ ਜ਼ਿਆਦਾ ਵਹੀਕਲ ਖੜੇ ਹੁੰਦੇ, ਕੁਛ ਗੱਡੀਆਂ ਖੜ ਜਾਂਦੀਆਂ ਜੀ, ਸਾਡੀ ਆਪ ਨੂੰ ਗੱਡੀ ਲੈਣ ਰੇਹੜੀਆਂ ਖੜ ਜਾਂਦੀਆਂ ਇੱਥੇ, ਬਹੁਤ ਜ਼ਿਆਦਾ ਇਹ ਤਾਂ ਹੈ ਜੀ ਪ੍ਰੋਬਲਮ। ਜਿਵੇਂ ਹੁਣ ਆਹ ਮਾਰਕੀਟ ਦੇ ਸਾਹਮਣੇ ਲੱਗੇ ਹੋਏ ਨੇ ਇਹ ਵਹੀਕਲ, ਉਹ ਗੱਡੀ ਵੀ ਖੜੀ ਹੈ ਕਿਸੇ ਦੀ, ਅਤੇ ਹੈ ਤਾਂ ਇਨਅਪਰੋਪ੍ਰੀਏਟ। ਹਾਂਜੀ ਬਿਲਕੁਲ, ਬਹੁਤ ਗਲਤ ਲੱਗਦਾ ਵੀ ਸਮੱਸਿਆ ਸੋਲਵ ਹੋ ਜੂਗੀ ਜਲਦੀ, ਇਹ ਤਾਂ ਸਾਨੂੰ ਤਾਂ ਨਹੀਂ ਲੱਗਦਾ ਜੀ, ਹਜੇ ਤਾਂ ਕੋਈ ਹੋਊਗਾ ਜੀ, ਕੋਈ ਸਰਕਾਰ ਕਰੂਗੀ ਤਾਂ ਹੀ ਹੈ, ਹਜੇ ਤਾਂ ਨਹੀਂ ਕੁਛ ਲੱਗ ਰਿਹਾ ਜੀ। ਮੈਂ ਦੱਸੋ ਵੀ ਤੁਹਾਡਾ ਬਿਲਕੁਲ ਮੇਨ ਰੋਡ 'ਤੇ ਸਕੂਲ ਹੈ, ਤਾਂ ਜਦੋਂ ਛੁੱਟੀ ਹੁੰਦੀ ਹੈ ਤਾਂ ਤੁਹਾਨੂੰ ਕੀ ਸਮੱਸਿਆ, ਕੋਈ ਪਾਰਕਿੰਗ ਦੇ ਰਿਲੇਟਿਡ ਕੋਈ ਸਮੱਸਿਆ ਆਉਂਦੀ ਹੈ? ਵੈਸੇ ਅਸੀਂ ਪੈਦਲ, ਟ੍ਰੈਫਿਕ ਦੇ ਰਿਲੇਟਿਡ ਕੋਈ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ। ਹਾਂਜੀ ਟ੍ਰੈਫਿਕ ਦੀ ਪ੍ਰੋਬਲਮ ਹੀ ਹੈ ਕਿਉਂਕਿ ਕਈ ਆ ਵਹੀਕਲ ਵਗੈਰਾ ਨਿਕਲਣ ਨਹੀਂ ਦਿੰਦੇ, ਬਸ ਸਾਨੂੰ ਆਹੀ ਪ੍ਰੋਬਲਮ ਹੈ। ਇਹਦਾ ਸੋਲਵ ਨਹੀਂ ਹੋਇਆ ਕਿ ਤੁਹਾਡਾ ਤਾਂ ਰੋਜ਼ ਦਾ ਹੀ, ਰੋਜ਼ ਤੁਸੀਂ ਸਕੂਲ ਤੋਂ ਛੁੱਟੀ ਹੋਣੀ ਹੈ, ਰੋਜ਼ ਜਾਣਾ ਹੈ। ਹਾਂਜੀ ਹਾਂਜੀ, ਤੇ ਤੁਸੀਂ ਔਨ ਫੁੱਟ ਮਤਲਬ ਪੈਦਲ ਆਉਂਦੇ ਹੋ ਕਿ ਕੋਈ ਆਟੋ ਰਿਕਸ਼ਾ ਵਗੈਰਾ? ਹਾਂਜੀ ਪੈਦਲ ਹੀ ਆਉਂਦੇ ਹਾਂ, ਅਸੀਂ ਪਿੰਡਾਂ ਤੋਂ ਆਉਣ ਵਾਲੇ ਹਾਂ। ਕੀ ਸਮੱਸਿਆ ਫਿਰ? ਕਾਫੀ ਸਮੱਸਿਆ ਹੈਗੀ, ਟ੍ਰੈਫਿਕ ਨਿਕਲਣ ਨਹੀਂ ਦਿੰਦਾ ਸਾਨੂੰ, ਅਸੀਂ ਰੋਕਦੇ ਵੀ ਹਾਂ ਪਰ ਰੁਕਦੇ ਨਹੀਂ ਹੈਗੇ, ਬਸ ਆਹੀ ਪ੍ਰੋਬਲਮ ਹੈ ਮੇਨ ਚੀਜ਼। ਵਹੀਕਲ ਤਾਂ ਨਿਕਲ, ਕਦੇ ਕੋਈ ਵਿੱਚ ਵੀ ਵੱਜ ਜਾਂਦਾ ਹੈ? ਹਾਂ ਕਾਫੀ ਕਿਹਦੇ ਬੱਚਿਆਂ, ਬਹੁਤ ਬੱਚਿਆਂ ਦੇ ਵੱਜਿਆ ਵੀ, ਇੱਦਾਂ ਬਹੁਤ ਜ਼ਿਆਦਾ ਬੱਚਿਆਂ ਨੂੰ ਪ੍ਰੋਬਲਮਸ ਆਈਆਂ ਇਹਦੀਆਂ। ਹਾਂਜੀ ਬਸ, ਤੁਸੀਂ ਬਠਿੰਡਾ ਦੇ ਮਾਲ ਰੋਡ ਵਿਖੇ ਮੌਜੂਦ ਹੈ ਇਸ ਵੇਲੇ ਔਰ ਤੁਸੀਂ ਪਿੱਛੇ ਆਈ ਲਵ ਬਠਿੰਡਾ ਲਿਖਿਆ ਹੋਇਆ ਔਰ ਇਹ ਪਹਿਲਾਂ ਟੈਕਸੀ ਸਟੈਂਡ ਹੁੰਦਾ ਸੀ, ਮਤਲਬ ਇੱਥੇ ਲਗਭਗ 100-125 ਜਿਹੜੀ ਗੱਡੀ ਹੈ ਟੈਕਸੀ ਹੈ ਉਹ ਖੜ੍ਹੀ ਹੁੰਦੀ ਸੀਗੀ, ਪਰ ਪਾਰਕ ਬਣਨ ਤੋਂ ਬਾਅਦ ਜਿਹੜਾ ਹੈਗਾ ਉਹ ਜਿਹੜੀਆਂ ਗੱਡੀਆਂ ਨੇ ਉਹ ਸਟੈਂਡ ਤੋਂ ਬਿਲਕੁਲ ਬਾਹਰ ਆ ਗਈਆਂ, ਤਾਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕਿਸ ਤਰ੍ਹਾਂ ਫੁੱਟਪਾਥ ਦੇ ਉੱਪਰ ਇਹ ਫੁੱਟਪਾਥ ਹੈ। ਫੁੱਟਪਾਥ ਜੋ ਹੈ ਸਭ ਨੂੰ ਪਤਾ ਕਿ ਬੇਸਿਕਲੀ ਫੁੱਟਪਾਥ ਚੱਲਣ ਵਾਸਤੇ ਹੁੰਦਾ ਔਰ ਇੱਥੇ ਬੋਰਡ ਵੀ ਲੱਗਿਆ ਹੋਇਆ ਨੋ ਪਾਰਕਿੰਗ ਦਾ। ਤੁਸੀਂ ਦੇਖ ਸਕਦੇ ਹੋ ਕਿ ਨੋ ਪਾਰਕਿੰਗ ਦਾ ਬੋਰਡ ਵੀ ਇੱਥੇ ਲੱਗਿਆ ਹੋਇਆ ਹੈ, ਪਰ ਫਿਰ ਵੀ ਜਿਹੜੀਆਂ ਟੈਕਸੀ ਸਟੈਂਡ ਦੀਆਂ ਗੱਡੀਆਂ ਨੇ ਉਹ ਬਾਹਰ ਆ ਗਈਆਂ ਕਿਉਂਕਿ ਹੁਣ ਇੱਥੇ ਇੱਕ ਪਾਰਕ ਬਣਾ ਦਿੱਤਾ ਗਿਆ, ਅਮਿਊਜ਼ਮੈਂਟ ਪਾਰਕ ਬਣਾ ਦਿੱਤਾ ਗਿਆ, ਸੈਲਫੀ ਪੁਆਇੰਟ ਬਣਾ ਦਿੱਤਾ ਗਿਆ, ਆਈ ਲਵ ਬਠਿੰਡਾ ਸੈਲਫੀ ਪੁਆਇੰਟ ਇੱਥੇ ਬਣਿਆ ਔਰ ਕਈ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਰੁਜ਼ਗਾਰ ਹੈ
वह भी बंद हो गलबात करते हैं असं जिन्ना दिया टैक्सीज ने नो पार्किंग लिखा हुआ और उत्थे ही गड्डिया खड़िया ने। सर ए दसो भी इतने पहला टैक्सी स्टैंड होंदा सीगा ਹੁਣ ਜਿਹੜੀਆਂ ਗੱਡੀਆਂ ਨੇ ਬਾਹਰ ਆ ਭੈਣ ਜੀ ਮੈਂ ਤਾਂ ਡਰਾਈਵਰ ਆ ਮੈਂ ਤਾਂ ਬਾਹਰੋਂ ਆ ਇੱਥੋਂ ਨਹੀਂ ਹੈਗਾ ਅੱਛਾ ਮੇਰੀ ਗੱਡੀ ਤਾਂ ਉੱਧਰ ਖੜੀ ਆ ਉੱਥੇ ਖੜੀ ਆ ਅੱਛਾ ਤੁਸੀਂ ਇੱਥੋਂ ਨਹੀਂ ਹੈਗੇ ਮੈਂ ਤਾਂ ਪਾਰਕਿੰਗ 'ਚ ਬੈਠਾ ਪਾਰਕਿੰਗ ਕਰਕੇ ਬੈਠਾ ਇੱਥੇ ਜਦੋਂ ਦਾ ਮਤਲਬ ਇਹ ਸੈਲਫੀ ਪੁਆਇੰਟ ਬਣ ਗਿਆ ਤਾਂ ਹੁਣ ਜਿਹੜੇ ਉਹ ਟੈਕਸੀ ਵਾਲੇ ਆ ਉਹ ਕਿੱਧਰ ਗਏ ਆ ਖੜੇ ਆ ਜੀ ਜਿਹੜੇ ਆ ਬੈਠੇ ਆ ਜੀ ਅੱਧੇ ਕਿਤਾ ਖੜੇ ਆ ਜਿਹੜਾ ਸਾਨੂੰ ਆਪਦੇ ਆਪ ਨੂੰ ਇਦਾਂ ਹੋਇਆ ਸਾਡੀਆਂ ਗੱਡੀਆਂ ਦੀ ਪ੍ਰੋਬਲਮ ਸੀਗੀ ਉਹ ਸਭ ਬੰਦਿਆਂ ਨੇ ਆਪਦੀਆਂ ਆਪਦੀਆਂ ਘਰੇ ਲਾਈਆਂ ਵੀ ਆ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਵਾ ਵੀ ਜਿੰਨਾ ਜਗ੍ਹਾ ਪਾਰਕਿੰਗ ਕੰਪਲੀਟ ਨਹੀਂ ਹੁੰਦੀ ਉਹਨਾਂ ਤੱਕ ਤੱਕ ਤੁਸੀਂ ਭਾਈ ਥੋੜਾ ਜਿਹਾ ਸੈਟਿੰਗ ਕਰੋ ਆਪਦੀ ਆ ਕੇ ਬਹਿ ਜਾਂਦੇ ਆ ਜੀ ਇਕੱਲੇ ਹਾਂ ਉਹਨੂੰ ਮਤਲਬ ਕੋਈ ਜਗ੍ਹਾ ਨਹੀਂ ਦਿੱਤੀ ਗਈ ਸਾਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਗ੍ਹਾ ਤੁਸੀਂ ਇੱਥੋਂ ਚਲੋ ਇੱਥੋਂ ਤੁਹਾਡੀਆਂ ਉਦੋਂ ਦੇ ਹੀ ਸੰਘਰਸ਼ ਕਰ ਰਹੇ ਸੀਗੇ ਜਦੋਂ ਕਾਂਗਰਸ ਮਨਪ੍ਰੀਤ ਸਿੰਘ ਵਰਗੇ ਸੀਗੇ ਜੀ ਉਦੋਂ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਜੀ ਅਸੀਂ ਇੰਨੇ ਬੰਦੇ 60-70 ਬੰਦੇ ਕਿੱਥੇ ਜਾਵਾਂਗੇ ਤਾਂ ਉਦੋਂ ਕਿਸੇ ਨੇ ਵੀ ਨਹੀਂ ਇਹ ਸੁਣਿਆ ਕਿ ਨਹੀਂ ਜੀ ਇਹ ਤਾਂ ਹੁਣ ਅਲੀਗਲ ਆ ਤੁਹਾਡੇ ਕੋਲ ਰਜਿਸਟਰੀ ਨਹੀਂ ਆ ਸਾਡੇ ਬਜ਼ੁਰਗ ਦਾਦੇ ਜਿਹੜੇ ਇੱਥੇ ਬਹਿ ਕੇ ਉਦੋਂ ਦੀਆਂ ਗੱਡੀਆਂ ਚਲਾਉਂਦੇ ਆ ਦੇਖੋ ਜੇ ਡਾਕਟਰ ਦਾ ਮੁੰਡਾ ਡਾਕਟਰ ਬਣਦਾ ਤਾਂ ਡਰਾਈਵਰ ਦੇ ਤਾਂ ਡਰਾਈਵਰ ਹੀ ਬਣਨਾ ਪੜ੍ਹਾਈ ਲਿਖਾਈ ਨੂੰ ਲੈ ਕੇ ਹੋਰ ਬਹੁਤ ਚੀਜ਼ਾਂ ਨੂੰ ਲੈ ਕੇ ਹੈ ਨਾ ਜੀ ਉਹ ਚੀਜ਼ ਨੂੰ ਲੈ ਕੇ ਆ ਸਾਰੇ ਕਿੰਨੇ ਮੁੰਡੇ ਆ ਜੀ ਉਮਰਾਂ ਬੀਤੀਆਂ ਕਿੰਨੀਆਂ ਦੀਆਂ ਤਾਂ ਫਿਰ ਉਦੋਂ ਬਾਅਦ ਜਦੋਂ ਆਪਾਂ ਨੂੰ ਕਿਸੇ ਹੋਰ ਟੈਕਸੀ ਸਟੈਂਡ 'ਤੇ ਜਾਈਏ ਤੁਹਾਡੇ ਨਿਊਜ਼ ਚੈਨਲ ਕਿਸੇ ਹੋਰ 'ਤੇ ਜਾਵਾਂਗੇ ਤਾਂ ਅਗਲਾ ਕਿਵੇਂ ਅੰਦਰ ਵੜਨ ਦੇਊਗਾ ਤਾਂ ਉਵੇਂ ਦੂਜੇ ਟੈਕਸੀ ਸਟੈਂਡ ਵਾਲੇ ਸਾਨੂੰ ਨਹੀਂ ਵੜਨ ਦਿੰਦੇ ਉਹਨਾਂ ਦੀ ਆਪਣੀ ਕਮਿਊਨਿਟੀ ਹਾਂ ਉਹ ਅਗਲੇ ਆਪ ਯੂਨੀਅਨ ਦਾ ਫੰਡ ਮੰਗਦੇ ਆ ਤਾਂ ਆਪਾਂ ਉਹਨਾਂ ਨੂੰ ਕੀ ਫੰਡ ਦੇ ਸਕਦੇ ਹਾਂ ਹੈ ਨਾ ਸਾਡੀ ਆਪਦੀ ਮੈਜੋਰਟੀ ਕਰਕੇ ਸਾਨੂੰ ਕਈਆਂ ਨੇ ਤਾਂ ਵੇਚਤੀ ਹੁਣ ਤੁਸੀਂ ਇੱਥੇ ਲਗਾਈ ਹੋਈ ਹੈ ਮੈਂ ਦੇਖ ਰਹੀ ਹਾਂ ਵੀ ਨੋ ਪਾਰਕਿੰਗ ਦਾ ਬੋਰਡ ਵੀ ਲੱਗਿਆ ਉੱਥੇ ਨਾਲੇ ਉੱਤੇ ਗੱਡੀਆਂ ਲੱਗੀਆਂ ਹੋਈਆਂ ਨੇ ਤਾਂ ਇੱਥੇ ਤੁਸੀਂ ਜਿੱਦਾਂ ਪਾਰਕ ਕੀਤੀ ਹੈ ਤਾਂ ਫਿਰ ਤੁਹਾਨੂੰ ਇੱਥੇ ਸਮੱਸਿਆ ਨਹੀਂ ਆਉਂਦੀ ਹੈ ਬਿਲਕੁਲ ਸਾਨੂੰ ਸਮੱਸਿਆ ਆਉਂਦੀ ਹੈ ਅਸੀਂ ਪ੍ਰਸ਼ਾਸਨ ਦੀ ਮਿਹਨਤ ਕਰਕੇ ਕਿਉਂਕਿ ਆਪਦੇ ਬੱਚੇ ਪਾਲਣੇ ਆ ਹੈਨਾ ਵੀ ਸਾਨੂੰ ਇਹ ਚੀਜ਼ ਹੁੰਦੀ ਹੈ ਜਦੋਂ ਆ ਇੱਥੇ ਬਹੁਤ ਵੱਡਾ ਨਾਕਾ ਲੱਗਦਾ ਜੀ ਆ ਸਿਰਫ ਟੈਕਸੀ ਸਟੈਂਡ ਵਾਲੀਆਂ ਗੱਡੀਆਂ ਹੀ ਇਦਾਂ ਖੜਨਗੀਆਂ ਅਦਰਵਾਈਜ਼ ਪ੍ਰਾਈਵੇਟ ਰਿਕੁਐਸਟ ਕਰਕੇ ਵੀ ਹੱਥ ਜੋੜ ਕੇ ਵੀ ਅਸੀਂ ਗੱਡੀ ਖੜਾ ਲਈਏ ਇੱਥੇ ਜੀ ਬਸ ਇਹ ਜਿਹੜੀ ਇੱਕ ਗੱਡੀ ਨੂੰ ਗੇੜਾ ਜਾਂਦਾ ਦੂਜੀ ਗੱਡੀ ਯਾਰ ਘਰੋਂ ਲਿਆਉਂਦਾ ਵਾ ਤਾਂ ਮੇਜਰ ਪ੍ਰੋਬਲਮ ਹੈ ਜੀ ਪਾਰਕਿੰਗ ਦੀ ਅੱਜ ਤੋਂ ਨਹੀਂ ਬਹੁਤ ਵੱਡੀ ਪ੍ਰੋਬਲਮ ਹੈ ਅੱਜ ਦੀ ਨਹੀਂ ਹੈ ਜੁਗਾਂ ਤੋਂ ਹੀ ਚੱਲੀ ਜਾਂਦੇ ਹੁਣ ਉਹ ਜੇ ਪਾਰਕਿੰਗ ਕੰਪਲੀਟ ਹੁੰਦੀ ਹੈ ਜੀ ਉਦੋਂ ਮੁੜ ਕੇ ਮੇ ਵੀ ਸ਼ਾਇਦ ਕੋਈ ਮਸਲਾ ਹੱਲ ਹੋ ਜੇ ਇਹ ਤਾਂ ਹਰ ਸ਼ਹਿਰ ਦੀ ਅਸੀਂ ਟੈਕਸੀ ਡਰਾਈਵਰ ਹਾਂ ਸ਼ਹਿਰ ਦਰ ਸ਼ਹਿਰ ਜਾਂਦੇ ਹਾਂ ਤੁਸੀਂ ਗੱਡੀ 'ਚ ਬੈਠੇ ਹੋ ਤਾਂ ਠੀਕ ਹੈ ਨਹੀਂ ਤਾਂ ਮਾੜੀ ਜੀ ਲਾਈਨ ਤੋਂ ਬਾਹਰ ਕੀਤੀ ਨਹੀਂ ਤਾਂ ਉਹਨਾਂ ਨੇ ਟੋ ਕਰ ਲੈਣੀ ਆ ਇੱਥੇ ਹੁਣ ਕਿੰਨੀਆਂ ਗੱਡੀਆਂ ਰਹਿ ਗਈਆਂ ਮਤਲਬ ਜਦੋਂ ਤੁਸੀਂ ਘੱਟੋ ਘੱਟ ਜੇ ਐ ਮੰਨੀਏ ਤਾਂ 15 ਕੁ ਮੁੰਡੇ ਆ ਜੀ ਜਿਨ੍ਹਾਂ ਕੋਲੇ ਸਾਰਿਆਂ ਕੋਲੇ ਕੱਲੀਆਂ ਕੱਲੀਆਂ ਲੋਨ ਦੇ ਲਈਆਂ ਹੋਈਆਂ ਸਾਡੇ ਕੋਲੇ ਬਾਕੀਆਂ ਦਾ ਰੋਜ਼ਗਾਰ ਬਾਕੀਆਂ ਨੇ ਰੋਜ਼ਗਾਰ ਜਿਨ੍ਹਾਂ ਨੇ ਕਿਸੇ ਨੇ ਰੇੜੀ ਲਾ ਲਈ ਜੀ ਕਿਸੇ ਨੇ ਈ ਰਿਕਸ਼ਾ ਲੈ ਲਿਆ ਜਦੋਂ ਇਹਦੇ ਵਿੱਚ ਤਾਂ ਬਿਜ਼ਨਸ ਹੈ ਨਹੀਂ ਆ ਹਨ ਕਿੰਨਾ ਪੁਰਾਣਾ ਕੰਮ ਕਰਦੇ ਸੀ ਸਾਰੇ 60 ਸਾਲ ਹੋ ਗਏ ਨਾ ਭਾਈ 60 ਸਾਲ ਦਾ ਤੋਂ 60 ਸਾਲਾਂ ਤੋਂ ਅੱਛਾ ਜਿਹੜੇ ਸਾਹਮਣੇ ਆ ਹੈ ਇਹ ਸਾਹਮਣੇ ਗੱਡੀਆਂ ਪਾਰਕ ਨੇ ਇਹ ਵੀ ਰੋਡ ਤੇ ਖੜੀਆਂ ਨੇ ਇਹ ਪ੍ਰਾਈਵੇਟ ਗੱਡੀਆਂ ਆ ਮਾਰਕੀਟ ਬਣੀ ਵੀ ਹੈ ਜੀ ਸਾਰੀ ਇਹਨਾਂ ਨੇ ਇੱਕ ਬੰਦਾ ਪ੍ਰਾਈਵੇਟ ਤਾਂ ਹੈ ਬਟ ਇੱਥੇ ਮਤਲਬ ਮੈਨੂੰ ਐ ਲੱਗ ਰਿਹਾ ਕਿ ਇਹ ਲੀਗਲੀ ਨਾਟ ਫੋਰ ਪਾਰਕਿੰਗ ਯਾ ਨਾਟ ਫੋਰ ਪਾਰਕਿੰਗ ਤੇ ਸ਼ਾਮ ਨੂੰ ਤੁਸੀਂ ਆ ਕੇ ਜੇ ਆ ਪਾਰਕਿੰਗ ਤੋਂ ਵੀ ਇੱਕ ਗਜਬ ਚੀਜ਼ ਦੇਖਣੀ ਆ ਤਾਂ 8:30 ਵਜੇ ਆ ਜਾਓ ਤੁਹਾਨੂੰ ਰੇੜੀਆਂ ਆ ਮੈਂ ਯੂ ਟਰਨ ਨਹੀਂ ਘੁਮਾ ਸਕਦਾ ਵੀ ਵਹੀਕਲ ਨਹੀਂ ਘੁਮਾ ਸਕਦੇ ਜੀ ਉਹ ਰੋਜ਼ ਪੁਲਿਸ ਵਾਲੇ ਵੀ ਉਹਨਾਂ ਨੂੰ ਕੁੱਟ ਕੇ ਕੀ ਕਰਨ ਉਹਨਾਂ ਦੇ ਛਾਬੇ ਦੇਖੋਗੇ ਵੀ ਕੀ ਕਰਨ ਨਾਲ ਦੀ ਨਾਲ ਫੇਰ ਇੱਥੇ ਆ ਫਰੂਟ ਤੇ ਵੈਜੀਟੇਬਲ ਮਾਰਕੀਟ ਬਣ ਜਾਂਦੀ ਹੈ ਬਿਲਕੁਲ ਹੁਣ ਪੰਜਾਬ ਪੁਲਿਸ ਦੀ ਡਿਊਟੀ ਹੈਗੀ ਉਹਨੇ ਡਿਊਟੀ ਕਰਨੀ ਹੈ ਫਿਰ ਆਪਾਂ ਪੁਲਿਸ ਨੂੰ ਮਾੜਾ ਕਰਨਾ ਉਹਨੇ ਡਿਊਟੀ ਹੈਗੀ ਨਾ ਉਹਨਾਂ ਨੇ ਤਾਂ ਆਪਾਂ ਨੂੰ ਰਸਤਾ ਖਾਲੀ ਕਰਕੇ ਦੇਣਾ ਹੈਗਾ ਇੱਕ ਨਾਈਜ਼ਾ ਬੰਦਾ ਉਹਨੇ ਵਿਚਾਰੇ ਨੇ ਦੋ ਵਾਰੀ ਉਹਨੂੰ ਕਿਹਾ ਤਾਂ ਛਾਬਾ ਜਿਹਾ ਚੱਕਿਆ ਤਾਂ ਇੱਕ ਬੰਦਾ ਵੀਡੀਓ ਬਣਾ ਲਿਆ ਦੇਖੋ ਜੀ ਗਰੀਬਾਂ ਨਾਲ ਧੱਕਾ ਯਾਰ ਉਹ ਗਰੀਬ ਨੂੰ ਜਦੋਂ ਬਾਰ ਬਾਰ ਸਮਝਾ ਰਿਹਾ ਕਿ ਵੀਰੇ ਯਾਰ ਯੂ ਟਰਨ ਲੈਣ ਲਈ ਲੋਕਾਂ ਨੂੰ ਪ੍ਰੋਬਲਮ ਕ੍ਰੀਏਟ ਆਉਂਦੀ ਆ ਦੇਖੋ ਜੀ ਅਸੀਂ ਡਰਾਈਵਰ ਹਾਂ ਮਤਲਬ ਵੀ ਜ਼ਿਆਦਾ ਚਲਾਉਂਦੇ ਹਾਂ ਹਨਾ ਜਿਹੜਾ ਤੁਹਾਡੇ ਵਰਗਾ ਕੋਈ ਚਲਾਉਂਦਾ ਆ ਕੇ ਉਹ ਤਾਂ ਨਹੀਂ ਮੁੜਦੀ ਤਿੰਨ ਵਾਰੀ ਮੁੜ ਜਾਂਦਾ ਜਾਮ ਲੱਗ ਜਾਂਦਾ ਜਦੋਂ ਤੁਹਾਡੇ ਤੋਂ ਇੱਕ ਵਾਰੀ 'ਚ ਪਹਿਲੀ ਵਾਰੀ ਟਰਨ ਹੀ ਨਹੀਂ ਹੋਣਾ ਤਾਂ ਇਹ ਪ੍ਰਸ਼ਾਸਨ ਨੇ ਸਾਨੂੰ ਹਜੇ ਇੰਨਾ ਕੁ ਦਿਲਾਸਾ ਦਿੱਤਾ ਹੋਇਆ ਕਿ ਭਾਈ ਤੁਸੀਂ ਆ ਪਾਰਕਿੰਗ ਬਣ ਜਾਣ ਦੇ ਫਿਰ ਤੁਹਾਡਾ ਮਸਲਾ ਹੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀਆਂ ਇਹ ਵਹੀਕਲਸ ਹੈ ਜਿਹੜੀਆਂ ਗੱਡੀਆਂ ਨੇ ਇਹ ਸੜਕ 'ਤੇ ਖੜੀਆਂ ਨੇ ਕੋਈ ਪਾਰਕਿੰਗ ਨਹੀਂ ਹੈ ਔਰ ਇਸ ਵੇਲੇ ਮੈਂ ਬਠਿੰਡਾ ਦੇ ਗੋਲ ਡਿੱਗੀ ਦੇ ਕੋਲ ਮੈਂ ਮੌਜੂਦ ਹੈਗੀ ਹਾਂ ਅਤੇ ਤੁਸੀਂ ਕਾਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਜਿਹੜੀਆਂ ਕਾਰਸ ਨੇ ਇੱਥੇ ਕਿੱਦਾਂ ਪਾਰਕਡ ਨੇ ਕੋਈ ਪਾਰਕਿੰਗ ਨਹੀਂ ਹੈ ਸੜਕ ਦੇ ਉੱਪਰ ਗੱਡੀਆਂ ਖੜੀਆਂ ਨੇ ਹਾਂਜੀ ਤੁਸੀਂ ਦੇਖਦੇ ਹੋ ਜੀ ਗੱਡੀਆਂ ਇਹ ਨਹੀਂ ਨਹੀਂ ਤਾਂ ਸਾਫ਼ ਕਰਦੇ ਹੀ ਗੱਲ ਫ੍ਰੀ ਵਾਲੀ ਪਾਰਕਿੰਗ ਇਹ ਸਾਰੀ ਫ੍ਰੀ ਵਾਲੀ ਪਾਰਕਿੰਗ ਹੈ ਪਰ ਇੱਥੇ ਐ ਨਹੀਂ ਲੱਗਦਾ ਵੀ ਗਲਤ ਖੜੀਆਂ ਨੇ ਨਹੀਂ ਹੈ ਤਾਂ ਗਲਤ ਖੜੀਆਂ ਇਹ ਗੱਡੀਆਂ ਪਰ ਇੱਥੇ ਕੋਈ ਉਹ ਹੈ ਨਹੀਂ ਬੰਦਾ ਨਹੀਂ ਹੈ ਨਾ ਕੋਈ ਉਹ ਹੈਗਾ ਇਹ ਤਾਂ ਬਸ ਦੁਕਾਨਾਂ ਦੁਕਾਨਾਂ ਵਾਲੇ ਖਾਤਰ ਮਾੜਾ ਸੈਟਿੰਗ ਹੋ ਜਾਂਦੀ ਕੋਈ ਬੰਦਾ ਅਸੀਂ ਆਪ ਕਰਵਾ ਰਹੇ ਹਾਂ ਹਾਂਜੀ
बड़ा बुरा हाल है जी। उधर सब्जी वाली रेहड़ी खड़ गई, आ गए उधर कारा खड़ जाती है, लोगों का आना जाना मुश्किल, एक्सीडेंट होंगे। सब्जी मंडी ला जाऊंगी थोड़ी देर तक, शाम को सब्जी मंडी ला जाती है। मूरे मोटरसाइकिल स्कूटर लग जाते हैं। समस्या है, तुसा पुराने बंदे हो। समस्या जी मेरे ख्याल शुरू दी है जी, कोई ख्याल ही नहीं करता, इतना ख्याल ही नहीं करता कोई। इतने ट्रैफिक ले करते हैं हल, पर आ जाते हैं, फिर आ जाते हैं, उधर घूम के फिर आ जाते हैं। भी तो है तो परेशानी लोगों वास्ते, ट्रैफिक का तो है हम पता, तो देख ही रहे हो आप, देख लो कि सामने देख लो उधर। बिल्कुल कोई पार्किंग एरिया नहीं है, ये सड़क है और पिछों की जिदा तुम देख सकते हो कि व्हीकल आ रहे ने, और किस तरह जिहड़ियां गड्डियां ने ओह सड़क के उपर ही पार्क होईयां होईयां ने। तुसीं देख सकते हो कि सड़क के उपर शॉपिंग कंपलैक्स है, ये शॉपिंग कंपलैक्स के बिल्कुल बाहर किदां ये जिहड़ा रोड है, ये जिहड़ी लेन है, खचा खच गड्डियां दे नाल भरी हुई है, और जिहड़े इत्थों दे रहण वाले ने आस पास के जिहड़े शॉप्स शॉपकीपर ने वह भी दस रहे हैं कि थोड़ी देर बाद तो इतने फ्रूट दियाँ सब्जी दियाँ रेहड़ियाँ भी दिखन लग जाएगी। तो एक रेहड़ी सानू दिख भी रही है, देख सकते हो। हाँ जी भैया, ये सब्जी मंडी है? सब्जी मंडी नहीं जी। हाँ तो यहाँ रेहड़ी मतलब लगाना अलाउड है आपको? नहीं। फिर आपने रेहड़ी क्यों लगाई है यहाँ? अभी मैं नया नया आया हूँ ना। नए नए आए हो, आपको कैसे पता कि इधर रेहड़ी लेके आनी है? और सब लोग यहाँ पे लगाए तो मैं भी सोचा चलो लगा लूँ। ਇੱਧਰ ਨੂੰ ਪਿੰਡ ਤੁਰ ਪਿਆ, ਉੱਧਰ ਹੀ ਜਾਣਾ। ਹਾਂਜੀ, ਗਾਉਂ ਵਹੀਂ ਚਲੇ ਜਾਂਦੇ ਹਾਂ। ਮਤਲਬ ਜਿੱਧਰ ਸਾਰਾ ਗਾਉਂ ਚਲਾ ਗਿਆ ਉੱਧਰ ਹੀ ਜਾਣਾ, ਆਪਣੇ ਵਹੀਂ ਆਪਣਾ ਦਿਮਾਗ ਨਹੀਂ ਯੂਜ਼ ਕਰਨਾ? ਉਹ ਨਹੀਂ ਜੀ, ਅਭੀ ਮੈਂ ਨਯਾ ਨਯਾ ਆਇਆ ਹੁਣ, ਅਭੀ 4-5 ਦਿਨ ਹੋਏ ਆਏ। ਠੀਕ ਹੈ, ਬਿਲਕੁਲ। ਤਾਂ ਸਬਜ਼ੀ ਵਾਲਾ ਕਹਿੰਦਾ ਕਿ ਨਵਾਂ ਆਇਆ, ਪਰ ਤੁਸੀਂ ਆਹ ਦੇਖੋ ਵੀ ਕਿੰਨੀਆਂ ਗਲਤ ਜਗ੍ਹਾ ਤੇ ਜਿਹੜੀਆਂ ਕਾਰਾਂ ਨੇ ਗੱਡੀਆਂ ਨੇ ਉਹ ਪਾਰਕ ਕੀਤੀਆਂ ਹੋਈਆਂ ਨੇ। ਬਠਿੰਡਾ ਦੇ ਗੋਲ ਡਿੱਗੀ ਦੇ ਕੋਲੇ ਮਾਲ ਰੋਡ ਦੇ ਉੱਪਰ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ, ਔਰ ਇਹ ਕੋਈ ਅੱਜ ਦੀ ਹੀ ਸਿਨੈਰੀਓ ਨਹੀਂ ਹੈ, ਅੱਜ ਦਾ ਹੀ ਸਿਨੈਰੀਓ ਨਹੀਂ ਹੈ। ਇੱਥੇ ਲਗਭਗ ਹਰ ਰੋਜ਼ ਇਸੇ ਤਰ੍ਹਾਂ ਜਿਹੜੀਆਂ ਗੱਡੀਆਂ ਨੇ ਗਲਤ ਪਾਰਕਿੰਗ ਦੇ ਵਿੱਚ ਖੜੀਆਂ ਨਜ਼ਰ ਆਉਂਦੀਆਂ ਨੇ।